ਚਲਾ ਦੇ ਬਹੁਤ ਬਹੁਤ ਮੁਬਾਰਕਾਂ ਭਾਜੀ ਕਰਮੀ ਭਾਗੀ ਦਿਨ ਚੜਿਆ ਅੱਜ 1.5 ਲੱਖ ਕਹਿੰਦੇ ਖਰਚਣ ਨਹੀਂ ਲੱਗੇ ਨਾ ਥੋੜਾ ਜਿਹਾ ਘਟਾ ਲਈਏ 1.5 ਲੱਖ ਨਹੀਂ ਹਾਂ ਇੱਧਰ ਟਾਂਕੇ ਦਿਖਾਲਦੇ ਹਜੇ ਕੱਚੇ ਹੀ ਆ ਕੱਚੇ ਹੀ ਆ ਹਜੇ ਭਾਜੀ ਇੱਧਰ ਬੁੱਧੂ ਕਰਾ ਦੀ ਕਢਾ ਲੈਣੇ ਸੀ ਗੇਟ ਨੇ ਇੱਧਰ ਆ ਕੀ ਮਟੀਰੀਅਲ ਰੱਖਿਆ ਜਿੰਨਾ ਸਮਾਨ ਮੈਂ ਕਿਹਾ ਟਿੱਕੀਆਂ ਚ ਪਾਉਂਦੇ ਪਿੰਨੀਆਂ ਦੀ ਤਾਂ ਲੋੜ ਹੀ ਨਹੀਂ ਸਿਆਲ ਨੂੰ ਟਿੱਕੀਆਂ ਹੀ ਖਾਓ ਥੋਗੀ ਸੂਗੀ ਬਹੁਤ ਪਾਈ ਆ ਪਹਿਲਵਾਨ ਜੀ ਹੋ ਜਾਓ ਫੇ ਅੱਜ ਦਿਖਾ ਦਿਓ ਤੁਵੇਂ ਆ ਜਾਓ ਸਾਡੇ ਗੋਟ ਨਾਲ ਬਿੰਗੇ ਕਰਾਤੇ ਅੱਜ ਤਾਂ ਕਿਓ बुद्धू नू भी दे दे एक मंगदा सीगा ओ बुद्धू ले ला ओए 15वां बुद्धू खा जावे पहलवान नू खिला बुद्धू नू कां तक छड के आई ओदे गोले हुणी जिम सीगे जी ਇਹਨਾਂ ਨੂੰ ਕਿਹਾ ਡੱਬਾ ਆਇਆ ਆ ਵਿਆਹ ਦਾ ਜਿੰਮ ਛੱਡ ਕੇ ਦੌੜਿਆ ਹਾਂਜੀ ਕੱਲਾ ਕਾਟ ਗਿਆ ਸੀ ਕਾਟ ਗਿਆ ਵੀ ਇਹ ਕਹਿੰਦਾ ਜਿੰਮ ਚੱਲਾਂ ਜਦੋਂ ਕਿਹਾ ਨਾਲ ਡੱਬਾ ਵੀ ਆ ਕਹਿੰਦਾ ਫੇ ਆ ਜਾਓ ਮੈਂ ਇੱਥੇ ਵੇਟ ਕਰਦਾ ਬੰਦਾ ਅੱਧਾ ਘੰਟਾ ਹੋ ਗਿਆ ਵੇਟ ਕਰਦੇ ਨੂੰ ਆ ਦੇਖ ਲਓ ਤੇ ਨਾਲ ਕਹਿੰਦੇ ਪਿੰਦਾ ਬਵਾਰ ਆਇਆ ਹੋਇਆ ਹੈ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਮਨਜੀਤ ਭਾਜੀ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਇੱਧਰ ਬੁੱਧੂ ਹੁਣੀ ਹਜੇ ਨਹੀਂ ਹਜੇ ਕੋਈ ਨਹੀਂ ਲੈ ਲਾ ਲੈ ਲਓ ਫੋਨ ਚਾਈ ਬਹੁਤ ਹੁੰਦਾ ਇਦਾਂ ਕਹਿੰਦੇ ਗਰੀਬ ਤੇ ਬੰਨੇ ਆਣਿਆਂ ਨੂੰ ਪਟਾਕੇ ਚਲਾਉਣ ਦਾ ਬਾਕੀ ਮੂੰਹ ਮਾਂ ਚ ਨਾ ਚਲਾ ਦੇ ਬਹੁਤ ਬਹੁਤ ਮੁਬਾਰਕਾਂ ਭਾਜੀ ਕਰਮੀ ਭਾਗੀ ਦਿਨ ਚੜਿਆ ਅੱਜ 1.5 ਲੱਖ ਕਹਿੰਦੇ ਖਰਚਣ ਨਹੀਂ ਲੱਗੇ ਨਾ ਥੋੜਾ ਜਿਹਾ ਘਟਾ ਲਈਏ 1.5 ਲੱਖ ਨਹੀਂ ਹਾਂ ਇੱਧਰ ਟਾਂਕੇ ਦਿਖਾਲਦੇ ਹਜੇ ਕੱਚੇ ਹੀ ਆ ਕੱਚੇ ਹੀ ਆ ਹਜੇ ਭਾਜੀ ਇੱਧਰ ਬੁੱਧੂ ਕਰਾ ਦੀ ਕਢਾ ਲੈਣੇ ਸੀ ਗੇਟ ਨੇ ਲਿਆ ਮੈਂ ਚਲਾ ਲਿਆ ਮੈਂ ਚਲਾ ਨਹੀਂ ਭਾਜੀ ਨਹੀਂ 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 ਇੱਧਰ ਚਾਵਲੇ ਭਾਜੀ ਹੁਣਾਂ ਕੋਲ ਆਏ ਆ ਫੋਨ ਲੈਣ ਬਹੁਤ ਬਹੁਤ ਵੱਡੇ ਭਰਾ ਨੂੰ ਵਧਾਈਆਂ ਨਵੇਂ ਹੋਣ ਦੀਆਂ ਹਾਂਜੀ ਥੈਂਕ ਯੂ ਦੇਖੋ ਭਾਜੀ ਕਰੋ ਉਹਦਾ ਮੂਰਤ ਕਰੋ ਫੇ ਇਹ ਨਹੀਂ ਚੱਲਣਾ ਭਾਜੀ ਨਹੀਂ 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 ਚਲੋ ਭਾਜੀ ਚਲੋ ਆ ਦੇਖਿਓ ਮੂੰਹ ਇੱਧਰ ਨਾ ਦੇਖਿਓ ਦੇਖਿਓ ਇੱਧਰ ਪਟਾਕਾ ਹੀ ਨਹੀਂ ਚੱਲਦਾ ਹੋਰ ਤੋੜ ਕੇ ਖਿਲਾਰ ਲਓ ਉਸੇ ਕਹਦਾ ਤੋੜ ਲਓ ਇਹਨੂੰ ਹਣਾ ਇੱਧਰ ਆ ਯਾਰ ਕਿਆ ਭਾਈ ਚੱਲਦੇ ਨਹੀਂ ਦੂਜਾ ਖਰਾਬ ਨਹੀਂ ਭਾਜੀ ਇੰਨੇ ਰਕਮ ਲਾਤੀ ਕੀ ਮਹਿਸੂਸ ਹੋ ਰਿਹਾ ਤੁਹਾਨੂੰ ਇਹੀ ਹੋ ਰਿਹਾ ਵਾ ਬੈਨ ਪਾ ਬੈਨ ਖੁਸ਼ੀ ਦੇ ਥੋੜੋ ਫੋਨ ਤਾਂ ਲੈ ਲਿਆ ਜਿਹੜੀ ਕਿਡਨੀਆਂ ਜਾਂਦੀਆਂ ਲੱਗੀ ਇੱਕ ਬੁੱਧੂ ਦੀ ਜਾਂਦੀ ਲੱਗੀ ਉਹ ਤਾਂ ਮੇਰੇ ਖਿਆਲ ਨਾਲ ਉਧਰ ਹਾਥੀ ਉਥੀ ਨੂੰ ਪੈਣੀ ਭਾਜੀ ਬੁੱਧੂ ਵਾਲੀ ਤਾਂ ਕਿਡਨੇ ਦੇਖੋ ਕਰੋ ਫੇ ਉੱਪਰ ਭਾਜੀ ਫੇ ਲਓ ਜੀ ਹੋ ਗਈਆਂ ਬਹੁਤ ਬਹੁਤ ਮੁਬਾਰਕਾਂ ਦਿਓ ਮਨਜੀਤ ਭਾਜੀ ਉਹਨਾਂ ਨੂੰ ਭਾਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਸਾਰੇ ਜਾਣੇ ਕਮੈਂਟਾਂ ਚ ਵਧਾਈਆਂ ਵਧਾਈਆਂ ਕਰ ਦਿਓ ਲਓ ਜੀ ਕਰੋ ਚੈੱਕ ਕਹਿੰਦੇ ਨਵੇਂ ਫੋਨ ਦੇ ਦਰਸ਼ਨ ਕਰਾ ਦਿਓ ਇਹਨਾਂ ਨੂੰ ਚਾਵਲੇ ਭਾਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਬਾਕੀ ਪਹੁੰਚੋ ਸਾਰੇ ਭਰਾ ਚਾਵਲੇ ਭਾਜੀ ਕੋ ਚਾਵਲਾ ਮੋਬਾਈਲ ਪੁਆਇੰਟ ਪਹਿਲਵਾਨ ਜੀ ਕਿੰਨੀ ਕੁ ਖੁਸ਼ੀ ਆ ਤੁਹਾਨੂੰ ਹੈ ਬਹੁਤ ਖੁਸ਼ੀ ਆ ਤੇ ਅੱਜ ਕਦਾ ਕੁਝ ਖਲਾਈਏ ਤੈਨੂੰ ਪਹਿਲਾਂ ਭੁੱਖ ਲੱਗੀ ਆ ਹੈ ਜੇ ਨਾ ਚੱਲਿਆ ਦੇ ਲਈ ਮੈਂ ਤੈਨੂੰ ਇੱਕ ਹੋਰ ਲਿਆਂਦਾ ਇੱਕ ਹੋਰ ਲਿਆਂਦਾ ਇਹ ਵੀ ਇਦਾਂ ਗਿਆ ਇਹ ਵੀ ਇਦਾਂ ਲਓ ਜੀ ਇਹ ਨਹੀਂ ਚੱਲਣੇ ਭਾਜੀ ਬਾਹਰ ਸਿੱਟੋ ਕਿਹੜੀ ਦੁਕਾਨ ਤੋਂ ਲਿਆਉਣਾ ਪਿਆ ਇਹ ਬੇਇੱਜ਼ਤੀ ਕਰਾਈ ਜਾਂਦੇ ਪਟਾਕੇ ਵੀ ਕਹਦਾ ਲਓ ਜੀ ਕਰੋ ਕਹਿੰਦੇ ਨਵੇਂ ਆਈਫੋਨ ਦੇ ਦਰਸ਼ਨ ਤੇ ਬਹੁਤ ਰਕਮ ਖਰਚਤੀ ਆ ਇਹ ਹੁਣ ਭਾਜੀ ਹੁਣਾਂ ਨੂੰ ਪਤਾ ਨੀਂਦ ਆਜੂ ਭਾਜੀ ਅੱਜ ਰਾਤ ਨੂੰ ਪਹਿਲਵਾਨ ਹੁਣਾਂ ਨੇ ਐਵਰੇਜ ਕੱਢੀ ਤੇ ਫੁੱਫੜ ਵਾਲੀ ਗੱਲ ਦੱਸੋ ਭਾਜੀ ਕੀ ਕਹਿੰਦਾ ਫੁੱਫੜ ਕਹਿੰਦਾ ਪਸ਼ੂਆਂ ਵਾਲੀ ਜਿਹੜੀ ਭੁੱਖੇ ਮਾਰਤੇ ਕਹਿੰਦੇ ਨਾਮ ਦਿੱਤਾ ਤੁਹਾਨੂੰ ਖੇਤੀ ਵਿਭਾਗ ਵਾਲਿਆਂ ਨੇ ਉਹਨਾਂ ਨੇ ਆ ਕੇ 11 ਕੁਇੰਟਲ ਕੱਢਿਆ ਕਹਿੰਦੇ ਚੱਕ ਦਾ ਕੰਮ ਕਰ
ਕਰਤਾ ਕੰਮ ਉਹੀ ਲਵਾਨ ਜੀ ਕਦਾਂ ਸਹੀ ਆ ਭੰਗੜਾ ਨਹੀਂ ਅੱਜ ਹੋਇਆ ਯਕੀਨ 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 ਹੈ ਨੀ ਸੀ ਦੇਖਿਓ ਤੇ ਅਸੀਂ ਨਾ ਪਾਉਂਦੇ ਲਓ ਵੱਜਣ ਵਾਲੇ ਚੱਲੂ ਅੱਜ ਖਲਾਦਾ ਪਾ ਕੇ ਜਾਣਾ ਥੱਲੇ ਤੂੰ ਲੈ ਕੇ ਜਾਣਾ ਫੜ ਕੇ ਹਾਂ ਤਾਂ ਨੂੰ ਚੱਕ ਕੇ ਏਦਾਂ ਹਾਂ ਤੂੰ ਕਹ ਲੈ ਲਿਆ ਆਈਫੋਨ ਨਾਲੇ ਲਲਕਾਰੇ ਵੱਜਦੇ ਜਾਣ ਬਾਹਰ ਨੂੰ ਲੈ ਲਿਆ ਲਾਲ ਤਾਂ 1.5 ਲੱਖ ਚਲੋ ਡੱਡੂ ਚਾਰਜਰ ਲੈ ਲਿਆ ਡੱਡੂ ਚਾਰਜਰ ਲਿਆ ਤੂੰ ਆ ਜਾਓ ਅੰਦਰ ਨੂੰ ਹੁਣ ਆ ਲੈ ਦੋ ਆ ਗਏ ਦੋ ਚੱਕੋ ਭਲਵਾਨ ਇੱਕ ਭਲਵਾਨ ਕੱਢੂਗਾ ਭਲਵਾਨ ਜੀ ਆ ਜਾਓ ਮੜ ਜਾ ਸਾਡੇ ਮੇਰੇ ਖਿਆਲ ਨਾਲ ਸ਼ੋਭੂ ਆ ਹੱਥ ਕਹਿੰਦੇ ਤੁਸੀਂ ਦੇਖੋ ਕਰਕੇ ਆ ਕਰੋ ਇੱਧਰ ਮੜ ਜਾ ਚੱਲ ਭਲਵਾਨ ਜੀ ਚੱਲ ਤਾਂ ਨੂੰ ਚਲੋ ਥੱਲਿਓ ਹੁੰਦਾ ਲੈ ਕੰਮ ਹੀ ਕੱਢਦਾ ਇਹ ਮੋਛੇ ਪਾਤੇ ਇਹਦੀ ਹਿਲਾ ਕੇ ਏਦਾਂ ਆ ਲੈ ਭਲਵਾਨ ਆ ਚੱਲ ਥੱਲਿਓ ਚੱਲ ਥੱਲਿਓ ਚੱਲ ਤੂੰ ਤਾਂ ਗਹਿ ਗੱਚ ਕਰਦਾ ਫਿੱਟੇ ਮੂੰਹ ਤੇਰਾ ਭਲਵਾਨ ਜੀ ਇਹ ਮੂੰਹ ਤੇ ਨਾ ਉਧਰ ਭਰਾਦੀ ਚੱਲ ਬੁੱਧੂ ਚੱਲ ਦੂਸਰੀ ਸਾਈਡ ਬੁੱਧੂ ਬਸ ਮੇਰੇ ਖਿਆਲ ਨਾਲ ਖਲਾਰਾ ਹੀ ਜਿਆਦਾ ਪਾਤਾ ਤੁਸੀਂ ਇੰਨੇ ਦਾ ਫੋਨ ਨਹੀਂ ਹੋਣਾ ਬਾਕੀ ਹੈਪੀ ਆ ਮੜ ਜਾ ਮੇਰਾ ਭਰਾ ਹੱਥੋਂ ਹੱਥੀ ਕਰਾ ਦਿਓ ਕੰਮ ਹੁਣ ਖਲਾਰਾ ਜਿਆਦਾ ਪੈ ਗਿਆ ਹੱਥੋਂ ਹੱਥੀ ਆ ਜਿਓ ਹੁਣ ਲਾਨਾ ਨੀ ਬੁੱਧੂ ਨਾ ਖੂੰਜਾ ਮਲਕ ਲਾ ਉਧਰੋਂ ਤੂੰ ਕਰਨਾ ਤੇ ਉਧਰੋਂ ਤੂੰ ਲਾਨਾ ਨੀ ਹੱਥ ਵਿੱਚ ਚੱਲ ਗਿਆ ਭਾਜੀ ਫੇ ਲਓ ਜੀ ਕਹਿੰਦੇ ਹੋ ਗਏ ਸ਼ੁਰੂ ਭਲਵਾਨ ਹੁਣੀ ਕਿੱਧਰ ਗਏ ਭਾਜੀ ਗੋਲ ਗੱਪੇ ਤਾਂ ਖਾਓ ਤੂੰ ਆ ਜਾਓ ਭਲਵਾਨ ਜੀ ਇੱਧਰ ਆਹ ਕੀ ਮਟੀਰੀਅਲ ਰੱਖਿਆ ਸੋਗੀ ਸੁਗੀ ਬਹੁਤ ਪਾਈ ਆ ਭਲਵਾਨ ਜੀ ਹੋ ਜਾਓ ਫੇ ਅੱਜ ਦਿਖਾ ਦਿਓ ਤੂੰ ਆ ਜਾਓ ਸਾਡੇ ਗੋਟ ਨਾਲ ਬਿੰਗੇ ਕਰਾ ਤੇ ਅੱਜ ਤਾਂ ਕਿਹੋ ਠੇਕਾ ਮਾਰੋ ਠੇਕਾ ਗੋਲ ਗੱਪਿਆਂ ਦੇ ਦੁਆਲੇ ਪਹਿਲਾਂ ਤੂੰ ਹੀ ਬੋਲ ਲਾ ਚੱਲ ਆ ਜਾਓ ਇਹਦਾ ਲੈਟ ਚ ਆ ਲੈਟ ਚ ਇਧਰਲੇ ਪਾਸੇ ਮੈਂ ਕਹਿੰਦਾ ਲੈਟ ਚ ਭਾਜੀ ਲੈਟ ਚ ਇਹਨੂੰ ਖੜਾ ਕਰਦੇ ਉਧਰਲੇ ਪਾਸੇ ਆ ਜਾਓ ਭਲਵਾਨ ਜੀ ਇੱਧਰ ਨੂੰ ਆਓ ਆ ਜਾਓ ਭਲਵਾਨ ਜੀ ਹੱਥ ਖੜੇ ਕਰਾ ਦਿਓ ਇਹਨਾਂ ਦੇ ਅੱਜ ਦੇਖਣੇ ਅੱਜ ਗਹਿਣੇ ਆ ਅਸੀਂ ਕਿੰਨੇ ਇਹ ਲੈਣ ਟੁੱਟੇ ਨਾ ਆ ਹੋ ਗਿਆ ਪਹਿਲਾ ਇਹ ਆ ਹੋ ਗਿਆ ਦੂਜਾ ਤੇ ਆ ਹੋ ਗਿਆ ਤੀਜਾ ਆ ਹੋ ਗਿਆ ਚੌਥਾ ਸੂਰਜੀ ਵਾਲੇ ਆਉਣ ਜਾਂ ਦੂਸਰੇ ਹੌਲੀ 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 ਯਾਰ ਹੌਲੀ ਆ ਪੰਜਵਾਂ ਹੌਲੀ ਹੌਲੀ ਚੱਲ ਚੱਲ ਭਲਵਾਨ ਜੀ ਚਲੋ ਆ ਹੋ ਗਿਆ ਛੇਵਾਂ ਅੱਜ ਗੁੱਟ ਬਿੰਗੇ ਕਰਾ ਕੇ ਜਾਣੇ ਇਹਦੇ ਆ ਸੱਤਵਾਂ ਪਾਣੀ ਫੇਟ ਦੇ ਆ ਕੀ ਕਰਨਾ ਪਾਣੀ ਫੇਟ ਦੇ ਹਾਂ ਹੋਰ ਪੀਲਾ ਆ ਹੋ ਗਿਆ ਅੱਠਵਾਂ ਤੂੰ ਗਿਣ ਭਲਵਾਨ ਆਪਣੇ ਮੂੰਹ ਤੋਂ ਮੈਂ ਇੱਧਰ ਆਉਂਦਾ ਤੂੰ ਆਪਣੇ ਮੂੰਹ ਨਾਲ ਗਿਣ ਕਿੰਨੇ ਹੋ ਗਏ 8 ਹੈ ਆ 9 ਤੂੰ ਕਹਿ ਹਾਂ ਆ ਕਿੰਨੇ ਹੋ ਗਏ ਹਾਂ ਚਲੋ 9 ਆ 9 ਵੀ ਗਿਆ ਆ ਕਿੰਨੇ ਹੋ ਗਏ ਨਹੀਂ ਇੰਗਲਿਸ਼ ਚ ਤਿੰਨਵਾਂ ਚਲੋ ਜੀ ਤਿੰਨ ਆ ਲੈ ਇੱਧਰ ਦੇ ਖਲਾਰੀ ਦਿੱਤਾ ਇੱਧਰ ਓਏ ਪਾਣੀ ਨਾ ਡੋਲ ਇੱਧਰ ਨੂੰ ਮੋਰਨ ਹੋ ਗਏ ਵੀ ਆ ਹੋ ਗਿਆ 11 ਆ ਕਿੰਨਵਾਂ ਹੋ ਗਿਆ ਭਲਵਾਨ ਜੀ 14 ਜਾਂ 13 ਲਓ ਜੀ 13
ਤਿਆਗਨਵਾ ਹੈ ਬੁੱਧ ਨੂੰ ਵੀ ਦੇ ਦੇ ਇੱਕ ਮੰਗਦਾ ਹੈਗਾ ਉਹ ਬੁੱਧ ਲੈ ਲਾ ਓਏ 15ਵਾਂ ਬੁੱਧੂ ਖਾ ਜਵੇ ਪਹਿਲਵਾਨ ਨੂੰ ਖਿਲਾ ਬੁੱਧ ਨੂੰ ਕਾਂ ਤੱਕ ਛੱਡ ਕੇ ਆਈ ਓਦੇ ਅੰਗੂਠਾ ਮੋੜ ਲਾ ਕਾਂ ਕਿਹੜਾ ਲਾਗੇ ਆ ਜਿਹੜਾ ਮੂੰਹ ਆਉਂਦਾ ਚੱਲ ਕਿੰਨੇ ਹੋ ਗਏ 15 20 ਗੋਲ ਗੱਪੇ ਖਾਣੇ ਕਿੰਨੇ ਲਓ ਜੀ ਕਿੰਨਵਾਂ ਹੋ ਗਿਆ 16ਵਾਂ 17ਵਾਂ ਪਹਿਲਵਾਨ ਜੀ 17ਵਾਂ 18ਵਾਂ ਮਨਜੀਤ ਭਾਜੀ 18 ਕਰ ਗਿਆ ਇੱਧਰ ਪਹਿਲਵਾਨ 19ਵਾਂ ਇੱਕ ਹੋਰ ਖਾ ਕੇ ਤੇ ਬਸ ਖਤਮ ਜਾ ਹਜੇ ਹੈਗੀ ਭੁੱਖ ਨਹੀਂ ਨਹੀਂ ਪਹਿਲਵਾਨ ਜੀ ਤੁਸੀਂ ਹੱਥ ਖੜੇ ਕਰਾ ਦੇਣੇ ਕਿੱਦਾਂ ਕਦੀ ਖਾਧੇ ਕਿਸੇ ਨੇ ਇੰਨੇ ਗੋਲ ਗੱਪੇ ਹੈ ਇਕੱਠੇ ਕਿੰਨੇ ਖਾਧੇ ਰਿਕਾਰਡ ਧੋਣ ਨਾ ਅੱਜ ਉਹਦਾ ਹੈ ਕੰਮ ਖਾਇਆ ਕਿਸੇ ਨੇ ਇੰਨੇ ਨੀ ਖਾਧੇ ਹਨ ਚਲੋ ਬਹੁਤ ਆ ਪਹਿਲਵਾਨ ਜੀ ਫਿਰ ਢਿੱਡ ਭਰ ਗਿਆ ਹਜੇ ਰੱਜਿਆ ਨੀ ਪਾਣੀ ਪੀਣਾ ਹਜੇ ਲਓ ਪਹਿਲਵਾਨ ਜੀ ਤੁਹਾਡੀ ਮਾਨਤ ਸਾਂਭ ਕੇ ਰੱਖੀ ਸੀ ਥੈਂਕ ਯੂ ਕਰ ਆ ਮਨਜੀਤ ਭਾਜੀ ਦਾ ਥੱਲੇ ਤੇਰਾ ਮਨਜੀਤ ਭਾਜੀ ਹੁਣਾਂ ਵੱਲੋਂ ਕਿੰਨਾ ਕੀ ਆ ਵਿੱਚ ਕੀ ਨਾਲ ਸਲਾਦ ਵੀ ਭੇਜਿਆ ਖੀਰੇ ਕੱਟ ਕੇ ਦੇਖ ਖੀਰੇ ਵੀ ਪਾਏ ਆ ਨਾਲ ਦੇਖ ਖੀਰੇ ਹੀ ਆ ਪਾਣੀ ਕੱਢ ਲਿਆ ਮੈਂ ਸੱਚ ਇੱਕ ਪੈਕਟ ਚੱਕ ਲਾ ਪਹਿਲਾਂ ਦੱਸ ਲੋਕਾਂ ਨੂੰ ਕੀ ਆ ਵਿੱਚ ਹੈ ਕੀ ਆ ਦੇਖ ਪਹਿਲਾਂ ਦੇਖੋ ਤਾਂ ਬਦਾਮ ਉੱਚੀ ਬੋਲ ਬਦਾਮ ਸੌਫੀ ਆ ਕੀ ਆ ਬਦਾਮ ਤੇ ਗਾਂਗੀ ਸੌਫੀ ਨਹੀਂ ਯਾਰ ਲਾਲ ਲਾਲ ਇਹ ਕੀ ਆ ਇਹ ਕੀ ਆ ਲਾਲ ਲਾਲ ਕੀ ਸੌਖੀ ਹੈ ਸੌਖੀ ਨਹੀਂ ਕਹਿੰਦੇ ਸੌਖੀ ਸੌਖੀ ਤਾਏ ਦਾ ਨਾਮ ਨਾ ਲੈ ਲਈ ਗਵਾਂਢੀਆਂ ਦੇ ਤਾਏ ਦਾ ਨਾਮ ਆ ਸੌਖੀ ਹਾਂ ਸੌਖੀ ਹੁੰਦੀ ਆ ਹੈ ਹੋਰ ਕੀ ਆ ਉੱਚੀ ਦੱਸ ਯਾਰ ਆਵਾਜ਼ ਨਹੀਂ ਆਉਂਦੀ ਉੱਚੀ ਬੋਲ ਕੇ ਦੱਸ ਵਿੱਚ ਕਾਜੂ 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 ਵੀ ਹੈਗੇ ਆ ਹੋਰ ਕੀ ਆ ਦੱਸ ਮੜ ਜਾ ਵਿੱਚ ਹਰੇ ਹਰੇ ਕੀਵੀ ਕੀਵੀ ਸਕਾਈ ਆ ਇਹ ਤੇਲੀ ਹੋਰ ਕੀ ਆ ਮਾਮਾ ਧੰਨਵਾਦ ਕਰ 70-80 ਰੁਪਏ ਦਾ ਵਧੀਆ ਪੀਸ ਮਿਲਦਾ ਕੀਵੀ ਦਾ ਤੇ ਵਿੱਚ ਕਿੰਨੇ ਸਕਾ ਕੇ ਭੇਜੇ ਆ ਆਹੋ ਸਾਹਿਲ ਭਾਜੀ ਦਾ ਥੈਂਕ ਯੂ ਕਰਦੇ ਇਧਰ ਸਾਹਿਲ ਭਾਜੀ ਬਹੁਤ ਬਹੁਤ ਥੈਂਕ ਯੂ ਭਾਈ ਧੰਨਵਾਦ ਜੀ ਭਾਜੀ ਦੀ ਸਾਰੀ ਫੈਮਿਲੀ ਦੇਖਦੀ ਬਲੌਗ ਨਾਲੇ ਉਹ ਆ ਬੱਚੇ ਵੀ ਉਹ ਹੜੰਬਾ ਮੇਰਾ ਆ ਇਹ ਤੇ ਨਾ ਹੱਥ ਫੇਰੀ ਜਾ ਮੇਰੇ ਪਜਣਾ ਵੀ ਹੈ ਨਹੀਂਗਾ ਹੁਣ ਤਾਂ ਨੰਗ ਗਿਆ ਭਾਜੀ ਖਤਮ ਕਰਤਾ ਇਹਨੇ ਪਹਿਲਵਾਨ ਹੁਣਾਂ ਨੇ ਤਾਂ ਅੱਖਾਂ ਨਾਲ ਹੀ ਮਕਾਤਾ ਪਹਿਲਵਾਨ ਜੀ ਦੇਖੋ ਹੋਰ ਕੀ ਆ ਉਹ ਪਿੱਛੇ ਕੀ ਆ ਆ ਇਹ ਕੀ ਆ ਦੱਸ ਤਾਂ ਇਹ ਹਦਵਾਣੇ ਦੇ ਬੀ ਕੱਢੇ ਆ ਲਾਲ ਤਾਂ ਤੂਤੀਆਂ ਆ ਲਾਲ ਤੂਤੀਆਂ ਪਾਈਆਂ ਹੋਰ ਕੀ ਆ ਕੀ ਆ ਚਿੱਟਾ ਚਿੱਟਾ ਜਿਹਾ ਹੈ ਇਹਨੂੰ ਕੀ ਕਹਿੰਦੇ ਪਹਿਲਵਾਨ ਜੀ ਆ ਦੇ ਪਤੀਸਾ ਕਿਹੜਾ ਛੱਡ ਜਾ ਤੈਨੂੰ ਨਾਮਾ ਦੇ ਨੇ ਪਤਾ ਕੀ ਖਾਣੇ ਛੱਡ ਨਹੀਂ ਆ ਇਹਨੂੰ ਪੁੱਛੋ ਭਾਜੀ ਹੋਰ ਕੀ ਆ ਵਿੱਚ ਦੇਖ ਤਾਂ ਵਿੱਚ ਉਹ ਵੀ ਮੂੰਗਫਲੀ ਵੀ ਪਾਈ ਆ ਲੱਭ ਕੇ ਦਿਖਾ ਹਾਂ ਲੱਭ ਤਾਂ ਹੈ ਉਹ ਸੱਸ ਦਾ ਸੌਦਾ ਵਾ
ਲੋ ਜੀ ਕਹਿੰਦੇ ਬੋਲਦਾ ਨੀ ਦੇਖਿਆ ਭਲਵਾਨ ਉੱਚੀ ਬੋਲਿਆ ਕਰ ਭਲਵਾਨ ਹਾਂ ਹੋਰ ਕੀ ਆ ਦੇਖ ਲਾ ਵਿੱਚ ਕੁਛ ਰਹਿ ਨਾ ਜਾਵੇ ਇਹੀ ਆ ਇਹ ਤਾਂ ਨਿਗਾ ਨਾ ਹੀ ਖਾ ਲੈਣੇ ਭਲਵਾਨ ਜੀ ਨੀਂਦ ਆਜੂ ਤੁਹਾਨੂੰ ਨੀਂਦ ਆਜੂ ਦੇਖ ਕੇ ਹੈਂ ਜਦੋਂ ਭੁੱਖ ਲੱਗੀ ਸੈੱਟ ਲਈ ਪਰ ਜ਼ਿਆਦੇ ਨਾ ਖਾਈ ਹੋਰ ਨਾ ਉਹੀ ਕੰਮ ਹੋਵੇ ਗਰਮੀ ਪੈ ਜਾਣੀ ਆ ਜ਼ਿਆਦੇ ਖਾ ਲਏ ਹਜੇ ਮੌਸਮ ਨਹੀਂ ਉਹ ਵਾਲਾ ਹੋਇਆ ਠੀਕ ਆ ਚੱਲ ਥੈਂਕ ਯੂ ਕਰਦੇ ਫਿਰ ਜਾਂਦੀ ਵਾਰੀ ਭਾਜੀ ਹੋਣਾ ਦਾ ਇੱਧਰ ਨੂੰ ਹੋਰ ਕੀ ਕੁਛ ਆਵੇ ਤੈਨੂੰ ਮੇਰੇ ਖਿਆਲ ਨਾਲ ਰਸ਼ ਜਾਣ ਵਾਲਾ ਤੈਨੂੰ ਇੱਕ ਉਧਰੋਂ ਉਹ ਨਾ ਮੰਗਾ ਦਈਏ ਕਸ਼ਮੀਰ ਤੋਂ ਕੰਬਲ ਕੁੰਬਲ ਹੈਂ ਏ ਬੀ ਸੀ ਸੁਣਾ ਦੇ ਫਿਰ ਆਹ ਵਾਲੇ ਬਲੋਕ ਚ ਦੁਬਾਰਾ ਲੋਕਾਂ ਨੂੰ ਹੋਰ ਪੰਜਾਬੀ ਚ ਅੱਗੇ ਕਤਾਲੀ ਵਾਲਾ ਅੱਗੇ ਸੌ ਤੱਕ ਕਰ ਦੇ ਪੂਰੀ ਗਿਆ ਕਿਹੜੀ ਸ਼ੁਰੂ ਹੋ ਜਾਂਦੀ ਆ ਸੌ ਤੋਂ ਉੱਤੇ ਉਹ ਕਿਹੜੀ ਸਤਿ ਸ੍ਰੀ ਅਕਾਲ ਕਰਦੇ ਪਏ ਸਾਰਿਆਂ ਦੀ ਬਾਕੀ ਕਾਮਯਾਬ ਆ ਤੂੰ ਤੇ ਨਾਮ ਹੈਗਾ ਕਹਿੰਦੇ ਭਲਵਾਨ ਸਿੰਘ ਹਰਦੀਪ ਸਿੰਘ ਗੁਰਦੀਪ ਸਿੰਘ ਹਰਦੀਪ ਸਿੰਘ ਜੀ ਕਿੰਨੇ ਵਜ ਗਏ ਟਾਈਮ ਦੱਸਿਓ ਭਾਜੀ ਸਾਢੇ ਚਾਰ ਹੋ ਗਏ ਕੱਲ ਵੀ ਤਿੰਨ ਵਜੇ ਠਾਲਿਆ ਇਹ ਰਾਤ ਨੂੰ ਤੂੰ ਸੌਂਦਾ ਨੀ ਤੂੰ ਫੋਨ ਤੇ ਲੱਗਾ ਰਹਿੰਦਾ ਸਾਰੀ ਸਾਰੀ ਰਾਤ ਇਹਨੇ ਏਦਾਂ ਨੀ ਉੱਠਣਾ ਭਾਜੀ ਆ ਡੱਬਾ ਥੋੜਾ ਜਿਹਾ ਖੋਲਦਾ ਮੈਂ ਮਹਿਕ ਆਊਗੀ ਫੇਰ ਉੱਠਣਾ ਨਾਲ ਹੀ ਉੱਠ ਗਿਆ ਨਾਲ ਹੀ ਉੱਠ ਗਿਆ ਚੱਲ ਉੱਠ ਡੱਬੇ ਵੰਡ ਕੇ ਆਉਣੇ ਆ ਇਹ ਰਸਤਾ ਹੋ ਗਿਆ ਕਹਿੰਦੇ ਬੁੱਧੂ ਦਾ ਚੱਲ ਚੱਲ ਉੱਠ ਨੀ ਸਵੇਰ ਦਾ ਹੀ ਸੋਤਾ ਪਿਆ ਤੂੰ ਹਾਂ ਇੱਧਰ ਆਖੀ ਨੀ ਖੋਲਦੀ ਖਰੇ ਜੇ ਸੀ ਵੀ ਲਾਉਣੀ ਪੈਣੀ ਆ ਆ ਗੋਲੇ ਹੁਣੀ ਜਿਮ ਸੀਗੇ ਜੀ ਇਹਨਾਂ ਨੂੰ ਕਿਹਾ ਡੱਬਾ ਆਇਆ ਆ ਬਿਆਸ ਜਿਮ ਛੱਡ ਕੇ ਦੌੜਿਆ ਹਾਂਜੀ ਇਕੱਲਾ ਕਾਟ ਗਿਆ ਸੀ ਕਾਟ ਗਿਆ ਸੀ ਇਹ ਕਹਿੰਦਾ ਜਿਮ ਚੱਲਾਂ ਜਦੋਂ ਕਿਹਾ ਨਾਲ ਡੱਬਾ ਵੀ ਆ ਕਹਿੰਦਾ ਫੇ ਆ ਜਾਓ ਮੈਂ ਇੱਥੇ ਵੇਟ ਕਰਦਾ ਬੰਦਾ ਅੱਧਾ ਘੰਟਾ ਹੋ ਗਿਆ ਵੇਟ ਕਰਦੇ ਨੂੰ ਆ ਦੇਖ ਲਓ ਇਹ ਕਹਿੰਦਾ ਮੈਚ ਫਿਕਸ ਆ ਇਹਨੇ ਬੋਏ ਨੇ ਬੈਂਫਿਆ ਸੀ ਉਧਰ ਆ ਲੈ ਚੱਕ ਡੱਬਾ ਮੰਮੀ ਨੂੰ ਕਹਿ ਸਤਿ ਸ੍ਰੀ ਅਕਾਲ ਅੰਕਲ ਜੀ ਡੱਬਾ ਆ ਗਿਆ ਜੀ ਖੀਰ ਰਿਨੋ ਅੱਜ ਖੀਰ ਮੰਮੀ ਨੂੰ ਮੈਂ ਕਹਿ ਖੀਰ ਰਿਨੋ ਖੀਰ ਅੱਜ ਚੱਕ ਦੇਖ ਤਾਂ ਸਹੀ ਵਿੱਚ ਕੀ ਆ 6 ਤਰੀਕ ਦਾ ਵਿਆਹ ਆ ਫੜਾਇਆ ਓਏ ਚੱਕ ਦੇਖ ਤਾਂ
ਕਰਮੀ ਭਾਗੀ ਫਸਾਦੀ ਲਿਆ ਜੀ, ਕਹਿੰਦਾ ਹਰਕਤਾਂ ਹੋ ਗਈਆਂ ਸਹੀ। ਪਹਿਲਵਾਨ ਜੀ ਚਲੋ ਫਿਰ ਮੂੰਹ ਤਾਂ ਮਿੱਠਾ ਕਰ ਲਓ, ਖਾਓ ਪੇੜੇ ਫਿਰ। ਉਹ ਚੁੱਕੋ ਜੀ, ਕਿੰਨੇ ਪੰਜ ਸੀਗੇ, ਪੰਜ ਪੇੜੇ ਇੱਦਾਂ ਹੀ ਚੱਕ ਕੇ ਰਗੜ ਗਿਆ, ਸਿੱਧੇ ਮੂੰਹ ਚ ਰੱਖ ਲੈ। ਬੁੱਧੂ ਲਵਾ ਦੇ ਸਾਈਡ ਤੇ, ਸਾਹ ਦਵਾ ਦੇ ਇਹਨੂੰ, ਫਿਰ ਜਾ ਇੱਕ ਵਾਰੀ ਰੋਡ ਤੇ ਸਾਰੇ, ਐਨ ਤਹਿ ਲਾ ਦੇ ਮੇਰਾ ਵੀਰ, ਨਵੀਂ ਨਵੀਂ ਬਜਰੀ ਪਈ ਆ। ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ, ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpawar3, ਤੇ ਇੰਸਟਾਗ੍ਰਾਮ ਦੀ ਹੈਗੀ ਆ pawar.singh, ਤੇ ਕਰ ਲਿਓ ਸਾਰੇ ਜਾਣੇ ਫੋਲੋ। ਫਿਰ ਜ਼ਿਆਦਾ ਵੀਡੀਓ ਆਪਾਂ ਉੱਥੇ ਪਾਈ ਦੀਆਂ, ਬਲੌਗ ਤਾਂ ਚਲੋ ਹਫ਼ਤੇ 'ਚ ਦੋ ਕੀ ਪਾਈ ਦੇ ਆ, ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ। ਟਿਕਟੋਕ ਦੀ ਹੈਗੀ ਆ pawar.singh ਜੀ, ਕਰ ਲਿਓ ਸਰਚ ਤੇ ਕਰ ਲਿਓ ਫੋਲੋ ਹੋਣਾ ਪਈ।